ਕਹਿੰਦੇ ਨੇ ਕਿ ਜੇਕਰ ਇੱਕ ਬੰਦਾ ਤੁਹਾਨੂੰ ਅੱਗੇ ਲੈ ਕੇ ਜਾਂਦਾ ਹੈ ਤੁਹਾਡੀ ਮਿਹਨਤ ਦਾ ਮੁੱਲ ਪਾਉਂਦਾ ਹੈ ਤਾਂ ਉਥੇ 10 ਬੰਦੇ ਅਜੇ ਹੁੰਦੇ ਨੇ ਜੋ ਤੁਹਾਡੀਆਂ ਲੱਤਾਂ ਖਿੱਚਦੇ ਨੇ ਜੋ ਕਿ ਤੁਹਾਨੂੰ ਹੀਠਾਂ ਸੁਟਣਾ ਚਾਹੁੰਦੇ ਨੇ ਤਾਂ ਅੱਜ ਅੱਜ ਦਾ ਪ੍ਰੋਗਰਾਮ ਵੀ ਸਾਡਾ ਇਸੇ ਨਾਲ ਸੰਬੰਧਤ ਹੈ ਜਿਸ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਹੈ 네ਗੈਟਿਵਿਟੀ 네ਗੈਟਿਵਿਟੀ ਸਾਡੇ ਆਲੇ ਦੁਆਲੇ ਹਰ ਥਾਈ ਦੇਖਣ ਨੂੰ ਮਿਲਦੀ ਹੈ ਬਹੁਤ ਘੱਟ ਲੋਕ ਅਜੇ ਹੁੰਦੇ ਨੇ ਜੋ ਪੋਜ਼ਿਟਿਵਿਟੀ ਫੈਲਾਉਂਦੇ ਨੇ ਜੋ ਪੋਜ਼ਿਟਿਵ ਵੀ ਹੁੰਦੇ ਨੇ ਜੇਕਰ ਆਪਾਂ 네ਗੇਟਿਵਿਟੀ ਦੀ ਗੱਲ ਕਰੀਏ ਤਾਂ ਹਰ ਇੱਕ ਗਲੀ ਮੁਹੱਲਿਆਂ ਦੇ ਵਿੱਚ ਤੁਹਾਨੂੰ ਗੁਆਂਢ ਦੇ ਵਿੱਚ ਵੀ ਅਜਿਹੇ ਲੋਕ ਮਿਲਦੇ ਹੋਣਗੇ ਜੋ ਕਿ ਤੁਹਾਡੇ ਤੋਂ ਸਾੜਾ ਰੱਖਦੇ ਨੇ ਜੇਕਰ ਤੁਸੀਂ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਹੋ ਤਾਂ ਤੁਹਾਨੂੰ 네ਗੇਟਿਵਿਟੀ ਦਿਖਾਉਣ ਲੱਗ ਜਾਂਦੇ ਨੇ ਲੋਕ ਆਖਦੇ ਨੇ ਕਿ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਮੇਰੇ ਸਹਿਯੋਗੀ ਸ਼ਿਖਾ ਤਾਂ ਅਸੀਂ ਗੱਲ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਸ਼ਿਖਾ ਤੁਸੀਂ 네ਗੇਟਿਵਿਟੀ ਨੂੰ ਮੇਗਾ ਜੀ ਗੱਲ ਕਰੀਏ ਤਾਂ ਹੁਣ 네ਗੇਟਿਵਿਟੀ ਜਿਹੜੀ ਆ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਹੋ ਚੁੱਕੀ ਹੈ ਕਿ ਤੁਸੀਂ ਛੋਟੇ ਬੱਚੇ ਦੀ ਵੀ ਗੱਲ ਕਰੋ ਨਾ ਉਹਨਾਂ ਦੇ ਮਨ ਦੇ ਵਿੱਚ ਵੀ ਬਹੁਤ ਨਾ ਭੇਦਭਾਗ ਵਾਲੀਆਂ ਜ਼ਰੂਰ ਗੱਲਾਂ ਹੁੰਦੀਆਂ ਨੇ ਵੱਡੇ ਸਵਾਲ ਮੇਗਾ ਇਹ ਖੜੇ ਹੁੰਦੇ ਨੇ ਕਿ 네ਗੇਟਿਵਿਟੀ ਆਉਂਦੀ ਕਿੱਥੋਂ ਆ ਇਹ 네ਗੇਟਿਵਿਟੀ ਕੌਣ ਲੈ ਕੇ ਆਉਂਦਾ ਆ ਕਿਹੜੀਆਂ ਗੱਲਾਂ ਤੋਂ ਆਉਂਦੀ ਆ ਕਿਉਂਕਿ ਜਦੋਂ ਅਸੀਂ ਛੋਟੇ ਹੁੰਨੇ ਸਾਨੂੰ ਬਚਪਨ ਦੇ ਵਿੱਚ ਤਾਂ 네ਗੇਟਿਵਿਟੀ ਬਾਰੇ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ 네ਗੇਟਿਵਿਟੀ ਹੈ ਕੀ ਆ ਪਰ ਜਦੋਂ ਜਦੋਂ ਅਸੀਂ ਵੱਡੇ ਹੁੰਨੇ ਜਾਂਦੇ ਆ ਸਾਨੂੰ ਸਮਝ ਆਣੀ ਨ ਦੇ ਵਿੱਚ ਨਾ ਆਟੋਮੈਟਿਕਲੀ ਉਹ ਗੱਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਨੇਗੇਟਿਵਿਟੀ ਵਰਡ ਬਣਿਆ ਕਿੱਥੋਂ ਆ ਇਹ ਸਾਰੀਆਂ ਚੀਜ਼ਾਂ ਦਾ ਗੌਰ ਵੀ ਜ਼ਰੂਰੀ ਹੈ ਤੇ ਪ੍ਰਣਾਲੀ ਦੇ ਨਾਲ ਇਹ ਨੇਗੇਟਿਵਿਟੀ ਜਦੋਂ ਕਿਸੇ ਦੇ ਅੰਦਰ ਇੰਨੀ ਕੁ ਜ਼ਿਆਦਾ ਭਰ ਜਾਂਦੀ ਆ ਜਦੋਂ ਤੁਸੀਂ ਕਿਸੇ ਦੇ ਲਈ ਬਹੁਤ ਜ਼ਿਆਦਾ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਤਾਂ ਆਪਣਾ ਬੋਲ ਕੇ ਕੰਮ ਕਰ ਦਿੰਦੇ ਹੋ ਪਰ ਦੂਜੇ ਬੰਦੇ ਤੇ ਕੀ ਬੀਤਦੀ ਆ ਉਹਨੂੰ ਕੀ ਮਹਿਸੂਸ ਹੁੰਦਾ ਆ ਉਹਦੇ ਤੇ ਕਈ ਲੋਕ ਵੀ ਨਾ ਮੇਗਾ ਜਿਹੇ ਹੁੰਦੇ ਨੇ ਜਿਹੜੇ ਨਾ ਬਹੁਤ ਜ਼ਿਆਦਾ ਥੋੜੇ ਦਿਲ ਦੇ ਹੁੰਦੇ ਨੇ ਜਿਨ੍ਹਾਂ ਤੋਂ ਗੱਲਾਂ ਨਹੀਂ ਬਰਦਾਸ਼ਤ ਹੁੰਦੀਆਂ ਫਿਰ ਇੱਕ 네ਗੈਟਿਵਿਟੀ ਜਾਨੀ ਕਿ ਤੁਸੀਂ ਇੱਕ ਆਪਣੇ ਮਨ ਦੀ ਭੜਾਸ ਦੂਜੇ ਲਈ ਕੱਢ ਤਾਂ ਦਿੰਦੇ ਹੋ ਫਿਰ ਉਤੋਂ ਕਿੰਨੀਆਂ ਚੀਜ਼ਾਂ ਸ਼ੁਰੂ ਹੋ ਜਾਂਦੀਆਂ ਨੇ ਇੱਕ 네ਗੈਟਿਵਿਟੀ ਜਾਨੀ ਕਿ ਇੱਕ ਤੁਹਾਡਾ ਮੰਦਾ ਬੋਲ ਕਿਸੇ ਤੇ ਕਿੰਨਾ ਕੁ ਅਸਰ ਕੀਤਾ ਉਸ ਤੋਂ ਬਾਅਦ ਉਹ ਜ਼ਿਆਦਾ ਅਸਰ ਕੀਤਾ ਫਿਰ ਉਸਦੇ ਦਿਮਾਗ ਤੇ ਉਹ ਗੱਲ ਬਹਿ ਗਈ ਫਿਰ ਉਹ ਡਿਪਰੈਸ਼ਨ ਸ਼ਿਕਾਰ ਹੁੰਦਾ ਫਿਰ ਉਹ ਸੁਸਾਈਡ ਕਰਦਾ ਇੱਕ ਵਰਡ ਇੱਕ ਅੱਖਰ ਕਿੰਨੀਆਂ ਕੁ ਚੀਜ਼ਾਂ ਜਿਹੜਾ ਨਾਂ ਨਾਲ ਲੈ ਕੇ ਜਾਂਦਾ ਇਹ ਬਹੁਤ ਵੱਡੀ ਚੀਜ਼ ਆ ਸੋਚਣ ਦੇ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਇੱਥੇ ਗੌਰ ਕਰਨਾ ਚਾਹੀਦਾ ਕਿ 네ਗੈਟਿਵਿਟੀ ਹੈ ਕੀ ਆ ਕਿੱਥੋਂ ਆਉਂਦੀ ਹੈ ਤੇ ਸਾਡੇ ਮਨ ਵਿੱਚ ਇਸ ਦਾ ਅਸਰ ਕਿਉਂ ਜ਼ਿਆਦਾ ਹੁੰਦਾ ਸ਼ਿਖਾ ਜੀ ਇੱਥੇ ਮੈਂ ਤੁਹਾਨੂੰ ਪੁੱਛਾਂ ਕੀ ਲੱਗਦਾ ਹੈ ਤੁਹਾਨੂੰ ਸੋਸ਼ਲ ਮੀਡੀਆ ਦੇ ਵਿੱਚ ਕਿੰਨਾ ਕਰੋਲਾ 네ਗੇਟਿਵਿਟੀ ਚ ਕਿਉਂਕਿ ਆਪਾਂ ਦੇਖਦੇ ਹਾਂ ਕਿ ਆਏ ਦਿਨ ਵੀਡੀਓਜ਼ ਵਾਇਰਲ ਹੁੰਨੀਆਂ ਐ ਕਦੇ ਕਿਸੇ ਨੂੰ ਟ੍ਰੋਲ ਕੀਤਾ ਜਾਂਦਾ ਹੈ ਕਦੇ ਕਿਸੇ ਨੂੰ ਟ੍ਰੋਲ ਕੀਤਾ ਜਾਂਦਾ ਹੈ ਹਾਲਾਂਕਿ ਹਰ ਕੋਈ ਕਿਸੇ ਦੇ ਅੰਡਰ ਕੰਮ ਕਰਦਾ ਹੁੰਦਾ ਹੈ ਜੇਕਰ ਉਹ ਆਪਣਾ ਪਰਸਨਲ ਚੈਨਲ ਵੀ ਚਲਾਉਂਦਾ ਹੈ ਤਾਂ ਉਹ ਵੀ ਉਹਨੇ ਵੀ ਰੋਟੀ ਖਾਣੀ ਹੈ ਉਹਨੇ ਵੀ ਕਿਤੋਂ ਕਮਾਉਣਾ ਹੈ ਪਰ ਜੇਕਰ ਕੁਝ ਲੋਕ ਅਜਹੇ ਨੇ ਜੋ ਕਿ ਕਿਸੇ ਨੂੰ ਪਰਸਨਲ ਕਮੈਂਟਿੰਗ ਕਰਕੇ 네ਗੇਟਿਵ ਫੀਲ ਆਉਂਦੇ ਆ ਜਾਂ ਕਿਸੇ ਦੀ ਪਰਸਨਲ ਲਾਈਫ ਤੇ ਅਸਰ ਪਾਉਂਦੇ ਆ ਉਹ ਇਹ ਕਿਉਂ ਭੁੱਲ ਜਾਂਦੇ ਆ ਕਿ ਉਹ ਉਹਨਾਂ ਦੇ ਵੀ ਘਰ ਬੈਠੇ ਉਹਨਾਂ ਦੇ ਵੀ ਬੱਚੇ ਹੋ ਸਕਦੇ ਆ ਫਿਰ ਵੀ ਸੋਸ਼ਲ ਮੀਡੀਆ ਤੇ ਅਜਿਹੀਆਂ ਗੱਲਾਂ ਕਰਦੇ ਨੇ ਜਿਸ ਕਾਰਨ ਬੰਦੇ ਨੂੰ ਜਿਹੜਾ ਮੈਂਟਲੀ ਟੌਰਚਰ ਇੱਕ ਤਰ੍ਹਾਂ ਨਾਲ ਫੀਲ ਹੁੰਦਾ ਏ ਕੀ ਲੱਗਦਾ ਤੁਹਾਨੂੰ ਸੋਸ਼ਲ ਮੀਡੀਆ ਦਾ ਕਿੰਨਾ ਕਰੋਲ ਹੈ ਇਸ ਦੇ ਵਿੱਚ ਬਿਲਕੁਲ ਮੇਗਾ ਮੈਨੂੰ ਤੁਹਾਡਾ ਇੱਕ ਸਵਾਲ ਬਹੁਤ ਵਧੀਆ ਲੱਗਾ ਕਿਉਂਕਿ ਹਰ ਇੱਕ ਬੰਦੇ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਟ੍ਰੋਲ ਕੀਤਾ ਜਾਂਦਾ ਕਿਉਂਕਿ ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਬਣ ਗਿਆ ਪਹਿਲਾਂ ਕਹਿੰਦੇ ਸੀ ਕਿ ਇਸ ਤੇ ਤੁਸੀਂ ਜੋ ਹੈ ਆਪਣੇ ਹੁਨਰ ਨੂੰ ਅੱਗੇ ਲੈ ਕੇ ਜਾਓਗੇ ਤੁਹਾਡੇ 'ਚ ਕੋਈ ਕਲਾ ਆ ਪਰ ਅੱਜ ਦੇ ਸਮੇਂ 'ਚ ਦੇਖੀਏ ਤਾਂ ਤੁਹਾਨੂੰ ਸੋਸ਼ਲ ਕਰੰਦਾ ਮਜ਼ਾਕ ਉਡਾਉਂਦਾ ਕਿਸੇ ਦੇ ਤੁਸੀਂ ਫਿਗਰ ਬਾਰੇ ਬੋਲ ਦਿੰਦੇ ਹੋ ਕਿਸੇ ਦੇ ਮੂੰਹ ਬਾਰੇ ਬੋਲ ਦਿੰਦੇ ਹੋ ਕਦੀ ਕਿਸੇ ਦੀਆਂ ਅੱਖਾਂ ਬਾਰੇ ਟਿੱਪਣੀ ਕਰ ਦਿੰਦੇ ਹੋ ਤਾਂ ਮਤਲਬ ਤੁਹਾਨੂੰ ਹੋਰ ਕੋਈ ਕੰਮ ਨਹੀਂ ਆ ਕਿ ਤੁਸੀਂ ਸਿਰਫ ਲੋਕਾਂ ਦੇ ਉਹਨੇ ਪਾਇਆ ਕੀ ਆ ਉਹ ਕਿਹੋ ਜਿਹਾ ਲੱਗਦਾ ਸਿਰਫ ਇਹੀ ਜ਼ਿੰਦਗੀ ਰਹਿ ਗਈ ਤੁਹਾਡੀ ਕਿਸੇ ਨੂੰ ਕਿਵੇਂ ਜਲੀਲ ਕਰਨਾ ਇਹ ਸ਼ਬਦ ਟੁਕਮਾ ਆ ਕਿ ਜਲੀਲ ਕਿਵੇਂ ਕਰਨਾ ਕਿਸੇ ਨੂੰ ਇਹ ਬਹੁਤ ਜ਼ਿਆਦਾ ਲੋਕਾਂ ਨੂੰ ਇਹੀ ਕੰਮ ਆ ਸ਼ਾਇਦ ਹੋ ਸਕਦਾ ਉਹ ਜ਼ਿਆਦਾ ਬੇਲੇ ਹੋਣਗੇ ਪਰ ਮੈਂ ਕਹਾਂ ਇਹ ਲੋਕ ਭੁੱਲ ਜਾਂਦੇ ਨੇ ਕਿ ਜਦੋਂ ਤੁਸੀਂ ਕਿਸੇ ਦੇ ਟਿੱਪਣੀ ਕਰਦੇ ਹੋ ਜਾਂ ਤੁਸੀਂ ਕਿਸੇ ਤੇ ਕਮੈਂਟ ਕਰਦੇ ਤੁਸੀਂ ਤਾਂ ਕਮੈਂਟ ਕਰਕੇ ਚਲੇ ਜਾਂਦੇ ਹੋ ਤੁਸੀਂ ਤਾਂ ਟਿੱਪਣੀ ਕਰ ਦਿੱਤੀ ਪਰ ਉਸ ਬੰਦੇ ਨੇ ਉਹ ਤੁਹਾਡੀ ਟਿੱਪਣੀ ਨੂੰ ਕਿਵੇਂ ਲਿਆ ਕੀ ਉਹਤੇ ਅਸਰ ਹੋਇਆ ਲੋਕ ਇਸ ਚੀਜ਼ ਨੂੰ ਭੁੱਲ ਜਾਂਦੇ ਨੇ ਤੁਸੀਂ ਦੱਸੋ ਮੇਗਾ ਅਕਸਰ ਤੁਸੀਂ ਜਦੋਂ ਵੀਡੀਓਜ਼ ਦੇਖਦੇ ਹੋ ਤੁਸੀਂ ਇੱਕ ਕੁੜੀ ਹੋ ਤੁਹਾਨੂੰ ਕੀ ਮਹਿਸੂਸ ਹੁੰਦਾ ਜਦੋਂ ਕਿਸੇ ਹੋਰ ਕੁੜੀ ਤੇ ਟਿੱਪਣੀ ਕੀਤੀ ਹੋਵੇ ਉਸਦੇ ਡ्रेसਿੰਗ ਸੈਂਸ ਤੇ ਕਮੈਂਟ ਕੀਤਾ ਹੋਵੇ ਉਸਤੇ ਡਾਂਸ ਕਰਨ ਤੇ ਉਹ ਜੋ ਮਰਜ਼ੀ ਕਰੇ ਕਿਸੇ ਦੀ ਨਿੱਜੀ ਜ਼ਿੰਦਗੀ ਆ ਤੁਹਾਨੂੰ ਕੀ ਲੈਣਾ ਅਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਬੋਲ ਕੇ ਸਾਨੂੰ ਕੀ ਮਿਲਦਾ ਹੈ ਮੈਂ ਕਹਾਂ ਤੁਸੀਂ ਇੱਕ ਇੱਕ ਕੁੜੀ ਦੇ ਤੌਰ ਤੇ ਕਿਵੇਂ ਦੇਖਦੇ ਹੋ ਇੱਕ ਕੁੜੀ ਦੇ ਤੌਰ 'ਤੇ ਦੇਖਿਆ ਜਾਵੇ ਕਿ ਜੇਕਰ ਆਪਾਂ ਸੋਸ਼ਲ ਮੀਡੀਆ ਤੇ ਕਿਸੇ ਕੁੜੀ ਦਾ ਚਿਹਰਾ ਦਿਖਾਨੇ ਆ ਠੀਕ ਹੈ ਉਹਦਾ ਵੀ ਘਰਬਾਰ ਆ ਉਹ ਵੀ ਕਿਸੇ ਦੀ ਧੀ ਪੈਣਾ ਕਿਸੇ ਦੀ ਮਾਂ ਹੋ ਸਕਦੀ ਹੈ ਜਾਂ ਕਿਸੇ ਦੀ ਨੂੰਹ ਹੋ ਸਕਦੀ ਹੈ ਕੱਲੋਂ ਤੁਸੀਂ ਉਸ ਬੰਦੇ ਦੀ ਜਿਹੜੀ ਉਸ ਜਾਂ ਧੀ ਦੀ ਜਾਂ ਕਿਸੇ ਵੀ ਬੰਦੇ ਨੂੰ ਲੈ ਕੇ ਚੱਲ ਪਈ ਉਹਦਾ ਚਿਹਰਾ ਤੁਸੀਂ ਦਿਖਾ ਦਿੰਦੇ ਆ ਲੋਕੀ ਸ਼ੇਅਰਿੰਗ ਕਰਦੇ ਆ ਸ਼ੇਅਰਿੰਗ ਕਰਕੇ ਕਿੰਨੇ ਘਰਾਂ ਤੱਕ ਉਹ ਵੀਡੀਓ ਪਹੁੰਚਦੀ ਆ ਕੱਲੋਂ ਉਹ ਕੁੜੀ ਕਿਸ ਤਰ੍ਹਾਂ ਉਸ ਵੀਡੀਓ ਨੂੰ ਲੈ ਸਕਦੀ ਆ ਕਿਉਂਕਿ ਇੱਕ ਸੋਸ਼ਲ ਮੀਡੀਆ ਜਿਹਾ ਪਲੇਟਫਾਰਮ ਆ ਜਿੱਥੇ ਲੋਕ ਬਹੁਤ ਜਲਦੀ ਫੇਮਸ ਹੁੰਦੇ ਆ ਬਹੁਤ ਜਲਦੀ ਇੱਕ ਨੈਗੇਟਿਵ ਫੇਮ ਹੁੰਦੀ ਹੈ ਇੱਕ ਪੋਜ਼ਿਟਿਵ ਫੇਮ ਹੁੰਦੀ ਹੈ ਪੋਜ਼ਿਟਿਵ ਫੇਮ ਜਿਹੜੀ ਲੋਕੀ ਪੋਜ਼ਿਟਿਵਿਟੀ ਲੈ ਲੈਂਦੇ ਆ ਜਿਹੜੀ 네ਗੇਟਿਵ ਫੇਮ ਹੁੰਦੀ ਹੈ ਉਹ ਲੋਕ ਉਸ ਨੂੰ ਕਿਸ ਤਰ੍ਹਾਂ ਲੈਂਦੇ ਆ ਉਹਨਾਂ ਦੇ ਖੁਦ ਤੇ ਡਿਪੈਂਡ ਹੁੰਦਾ ਹੈ ਹੋ ਸਕਦਾ ਹੈ ਕਿ ਇਹ ਵੀਡੀਓ ਜਿਹੜੀ ਆ ਵਾਇਰਲ ਹੁੰਦੀ ਆ ਇਸ ਨੂੰ ਦੇਖ ਕੇ ਲੋਕ ਮੈਂਟਲੀ ਅਫਸਰਟ ਹੋ ਜਾਣ ਮੈਂਟਲੀ ਟੌਰਚਰ ਜਾਂ ਡਿਪਰੈਸ਼ਨ ਦੇ ਵਿੱਚ ਚਲ ਜਾਣ ਕੁਝ ਗਲਤ ਸਟੈਪ ਚੱਕ ਲੈਣ ਕਿਉਂਕਿ ਇੱਜ਼ਤ ਜਿਹੜੀ ਆ ਬਾਰ-ਬਾਰ ਨਹੀਂ ਮਿਲਦੀ ਇੱਜ਼ਤ ਜਿਹੜੀ ਇੱਕੋ ਵਾਰੀ ਮਿਲਦੀ ਆ ਜੋ ਇੱਕ ਵਾਰੀ ਇੱਜ਼ਤ ਖਤਮ ਹੋ ਜਾਂਦੀ ਹੈ ਤਾਂ ਲੋਕ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲ ਜਾਂਦੇ ਆ ਜੇਕਰ ਉਹੀ ਕਿ ਲੋਕ ਚੰਦ ਵੀਊ ਦੇ ਖਾਤਰ ਚੰਦ ਪੈਸੇ ਕਮਾਉਣ ਦੇ ਖਾਤਰ ਕਿਸੇ ਦੀ ਧੀ ਭੈਣ ਨੂੰ ਹੀਟਾਂ ਦਿਗਾਰਨਦੇ ਆ ਕਿਸੇ ਧੀ ਭੈਣ ਦੀ ਇੱਜ਼ਤ ਨੂੰ ਸੁਟਾਂ ਲੱਗੇ 1 ਮਿੰਟ ਵੀ ਨਹੀਂ ਦੇਖਦੇ ਹਾਲਾਂਕਿ ਉਹ ਇਹ ਭੁੱਲ ਜਾਂਦੇ ਆ ਕਿ ਉਹ ਵੀ ਕਿਸੇ ਦੇ ਅੰਡਰ ਕੰਮ ਕਰ ਰਹੇ ਹੁੰਦੇ ਆ ਜੇਕਰ ਉਹ ਕਿਸੇ ਦਾ ਕੰਮ ਕਰਦੇ ਪਏ ਆ ਉਹਨਾਂ ਨੇ ਵੀ ਰੋਜ਼ੀ ਰੋਟੀ ਕਮਾਣੀ ਆ ਜੇਕਰ ਉਹਨਾਂ ਨੂੰ ਕੋਈ ਕੰਮ ਦੇ ਰਿਹਾ ਤਾਂ ਹੀ ਉਹ ਉਹਦੋਂ ਕੰਮ ਕਰ ਰਹੇ ਆ ਖੁਦ ਕੰਮ ਕਰਕੇ ਜਿਹੜਾ ਸੋਸ਼ਲ ਮੀਡੀਆ ਤੇ ਨਹੀਂ ਉਦਾਂ ਦਾ ਕੰਮ ਹੁੰਦਾ ਆ ਜੇਕਰ ਤੁਸੀਂ ਵੀਊ ਪਾਉਣ ਦੇ ਖਾਤਰ ਕਿਸੇ ਦੀ ਧੀ ਭੈਣਾਂ ਦੀ ਇੱਜ਼ਤਾਂ ਰੋਲਦੇ ਆ ਤਾਂ ਤੁਸੀਂ ਵੀ ਬੰਦੇ ਕਹਿਣਾਂ ਦੇ ਲਾਇਕ ਤਾਂ ਨਹੀਂ ਹੈਗੇ ਕਿਉਂ ਹੁੰਦੇ ਅਸਲ ਮਰਦ ਹੁੰਦੇ ਦੂਜਿਆਂ ਦੀ ਧੀਆ ਪੇਣਾ ਦੀ ਇੱਜ਼ਤਾਂ ਕਰਦੇ ਆ ਉਹਨਾਂ ਨੂੰ ਸਾਂਭ ਸੰਭਾਲ ਕਰਕੇ ਰੱਖਦੇ ਜੇਕਰ ਤੁਹਾਡੇ ਮਨ ਨੂੰ ਠੇਸ ਪਹੁੰਚੀ ਆ ਤਾਂ ਤੁਸੀਂ ਡਾਇਰੈਕਟ ਕੰਟੈਕਟ ਕਰੋ ਡਾਇਰੈਕਟ ਕੰਟੈਕਟ ਕਰਕੇ ਤੁਸੀਂ ਕਹੋ ਕਿ ਸਾਨੂੰ ਇਸ ਗੱਲ ਤੋਂ ਠੇਸ ਪਹੁੰਚ ਰਹੀ ਆ ਇਸ ਵੀਡੀਓ ਨੂੰ ਜਾਂ ਤਾਂ ਡਿਲੀਟ ਕਰ ਦਿਓ ਜਾਂ ਇਸ ਵੀਡੀਓ ਨੂੰ ਦੁਬਾਰਾ ਨਾ ਪਾਓ ਇਹ ਗੱਲ ਤਾਂ ਜਾਇਜ਼ ਬੰਦ ਦੀ ਆ ਸੋਸ਼ਲ ਮੀਡੀਆ ਤੇ ਟਰੋਲ ਕਰਕੇ ਕਿਸੇ ਹੋਰ ਦੀ ਧੀਆ ਪੇਣਾ ਬਾਰੇ ਗਲਤ ਗੱਲਾਂ ਬੋਲ ਕੇ ਇਹਨੂੰ ਟਰੋਲਿੰਗ ਨਹੀਂ ਕਹਿੰਦੇ ਇਹਨੂੰ ਦੂਸਰਿਆਂ ਦੀ ਧੀਆ ਪੇਣਾ ਨੂੰ ਮੈਂਟਲੀ ਅਫਸੈਟ ਕਰਨਾ ਕਹਿੰਦੇ ਆ ਮੈਂਟਲੀ ਟਾਰਚਰ ਕਰਨਾ ਕਹ ਕੱਲ ਨੂੰ ਰੱਬ ਨਾ ਕਰੇ ਕਿਸੇ ਨਾਲ ਕੁਝ ਗਲਤ ਪਾਣਾ ਵਰਤ ਜਾਂਦਾ ਕੋਈ ਗਲਤ ਸਟੈਪ ਚੱਕ ਲੰਦਾ ਕਿਉਂਕਿ ਅੱਜ ਕੱਲੇ ਜਿਹੜੀ ਦੁਨੀਆ ਭੱਜ ਦੌੜ ਵਾਲੀ ਦੁਨੀਆ ਆ ਕੋਈ ਤੀਸਰਾ ਬੰਦਾ ਸਾਡੇ ਦੁੱਖ ਸੁਣ ਕੇ ਨਹੀਂ ਰਾਜ਼ੀ ਹੁੰਦਾ ਅਸੀਂ ਆਪਣੇ ਮਨ ਦੇ ਮਨ ਚ ਘੁੱਟਦੇ ਜਾਂਦੇ ਆ ਕੱਲ ਨੂੰ ਰੱਬ ਨਾ ਕਰੇ ਅਸੀਂ ਆਪਣੇ ਮਨ ਚ ਇੰਨਾ ਕੋ ਘੁੱਟ ਜਾਈਏ ਕਿ ਕੋਈ ਗਲਤ ਸਟੈਪ ਚੱਕ ਲੀਏ ਕਿਹਦਾ ਕਿਸੇ ਦਾ ਕੁਝ ਨਹੀਂ ਜਾਣਾ ਸਾਡੇ ਪਰਿਵਾਰ ਨੇ ਰੁੱਲ ਜਾਣਾ ਤੁਸੀਂ ਨਾਲ ਟ੍ਰੋਲਿੰਗ ਕਰਕੇ ਛੱਡ ਦਿੰਦੇ ਹੋ ਮੁੜ ਕੇ ਜਿਹੜਾ ਸਾਡਾ ਪਰਿਵਾਰ ਆ ਪਿੱਛੋਂ ਸਾਡੇ ਰੋਂਦਾ ਆ ਤਾਂ ਰੱਬ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਜੇਕਰ ਕੋਈ ਵੀ ਕਿਸੇ ਨੂੰ ਵੀ ਟ੍ਰ ਤਾਂ ਉਸ ਨੂੰ ਬਾਰੇ ਹਮੇਸ਼ਾ ਚੰਗਾ ਟ੍ਰੋਲ ਕਰੋ ਕਿਉਂਕਿ 네ਗੇਟਿਵਿਟੀ ਆਪਣੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਭਰੀ ਹੋਈ ਹੈ 네ਗੇਟਿਵ ਪਰਸਨ ਬਹੁਤ ਜ਼ਿਆਦਾ ਹੈ ਜਿੰਨਾ ਹੋ ਸਕੇ ਪੋਜ਼ਿਟਿਵਿਟੀ ਫੈਲਾਓ ਤੇ ਲੋਕਾਂ ਨੂੰ ਜਾਗਰੂਕ ਕਰੋ ਲੋਕਾਂ ਨੂੰ ਅੱਗੇ ਵਧਣ ਵਿੱਚ ਮਦਦ ਕਰੋ ਉਹਨਾਂ ਨੂੰ ਟ੍ਰੋਲਿੰਗ ਕਰਕੇ ਹੇਠਾਂ ਸੁੱਟਣ ਦੀ ਨਾ ਮਦਦ ਕਰੋ ਕਿਉਂਕਿ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਅਜਿਹੇ ਨੇ ਜੋ ਕਿ ਘਰ ਦੀਆਂ ਮਜਬੂਰੀਆਂ ਕਰਕੇ ਕੰਮ ਕਰਦੇ ਨੇ ਬਿਲਕੁਲ ਮੇਗਾ ਆਰੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ 네ਗੇਟਿਵਿਟੀ ਬਹੁਤ ਜ਼ਿਆਦਾ ਵੱਧ ਨਹੀਂ ਆ 네ਗੇਟਿਵਿਟੀ ਜ਼ਿਆਦਾ ਲੋਕਾਂ ਤੇ ਉੱਤੇ ਪ੍ਰਭਾਵ ਪਾਉਂਦੀ ਅਸਰ ਕਰਦੀ ਆ ਤਾਂ ਉਸ ਉਸ ਤੋਂ ਬਾਅਦ ਹੀ ਜ ਚੀਜ਼ਾਂ ਸ਼ੁਰੂ ਹੁੰਦੀਆਂ ਨੇ 네ਗੇਟਿਵਿਟੀ ਅਕਸਰ ਹੈ ਕਿ ਇਹ 네ਗੇਟਿਵਿਟੀ ਸਿੰਪਲ ਇੱਕ ਆਪਾਂ ਸ਼ਬਦ ਬਹੁਤ ਆਸਾਨੀ ਨਾਲ ਬੋਲ ਦਿੰਨੇ ਆ ਕਿ ਯਾਰ ਤੂੰ ਬਹੁਤ 네ਗੇਟਿਵ ਆ ਤੂੰ ਬਹੁਤ ਜ਼ਿਆਦਾ 네ਗੇਟਿਵ ਗੱਲਾਂ ਕਰਦਾ ਰਹਿਣਾ ਪਰ ਜਿਹੜਾ ਬੰਦਾ 네ਗੇਟਿਵ ਗੱਲਾਂ ਵੀ ਕਰਦਾ ਹੋਊਗਾ ਸ਼ਾਇਦ ਉਹਦੇ ਮਨ ਦੇ ਵਿੱਚ ਵੀ ਕੋਈ ਗੱਲਾਂ ਹੁੰਣ ਘੀਆਂ ਤਾਂ ਉਹ 네ਗੇਟਿਵ ਅਖਰ ਬੋਲਦਾ ਆ ਪਰ ਜੇ ਹਸੀਏ ਸਾਰੀਆਂ ਚੀਜ਼ਾਂ ਉਹਦੋਂ ਖਤਮ ਹੋ ਸਕਦੀਆਂ ਜੇਕਰ ਮੇਗਾ ਅਸੀਂ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਮੁਹੱਬਤ ਨਾਲ ਬੈਠੀਏ ਉੱਠੀਏ ਗੱਲਾਂ ਕਰੀਏ ਅਸੀਂ ਦਿਲ ਦੇ ਆਪਣੇ ਵਿਚਾਰ ਸਾਂਝੇ ਕਰੀਏ ਤਾਂ ਜਿਹੜੀ ਚੀਜ਼ ਆ ਉਹ ਬਹੁਤ ਇੱਕ ਬਹੁਤ ਵਧੀਆ ਟੰਗ ਦੇ ਨਾਲ ਜਿਹੜੀ ਆ ਉਹ ਸੋਲਝ ਸਕਦੀ ਆ ਕਿਉਂਕਿ ਲੋਕ ਆਪਣੇ ਆਪ ਦੀ उलझे ਪਏ ਨੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਅਸੀਂ ਅੱਗੇ ਕਰਨਾ ਕੀ ਆ ਕਿ ਨਹੀਂ ਕਰਨਾ ਫਿਰ ਉਹਨਾਂ ਦੇ ਅੰਦਰ ਨਾ ਜਿਹੜੀ ਸੋਚਣ ਦੀ ਸ਼ਕਤੀ ਉਹਨਾਂ ਦੀ ਖਤਮ ਹੋ ਜਾਂਦੀ ਫਿਰ ਜੋ ਦਿਲ ਕਰਦਾ ਫਿਰ ਉਹ ਕਿਉਂ ਹੀ ਕਰੀ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਇਹ ਗੱਲ ਸਹੀ ਆ ਕਿ ਠੀਕ ਆ ਦੂਸਰੇ ਪਾਸੇ ਲੋਕਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਕਿ ਜਦੋਂ ਤੁਸੀਂ ਕਿਸੇ ਦੇ ਵੀਡੀਓ ਥੱਲੇ ਕਮੈਂਟ ਕਰਦੇ ਹੋ ਜਾਂ ਫਿਰ ਕੋਈ ਵੀ ਤੁਸੀਂ ਉਹਨੂੰ ਪਰਸਨਲੀ ਵੀ ਜੇ ਤੁਸੀਂ ਉਹਨੂੰ ਅਗਲੇ ਨਾਲ ਕੰਟੈਕਟ ਕਰਦੇ ਹੋ ਜਾਂ ਜਲੀਲ ਵੀ ਕਰਦੇ ਹੋ ਕੁਝ ਵੀ ਉਹਨੂੰ ਕਹਿੰਨੇ ਹੋ ਪਹਿਲਾਂ ਇੱਕ ਵਾਰ ਸੋਚ ਲੈਣਾ ਕਿ ਤੁਹਾਡੀ ਗੱਲ ਕੀਤੀ ਉੱਤੇ ਕੀ ਪ੍ਰਭਾਵ ਪਵੇਗੀ ਕਿ ਤੁਹਾਡੇ ਇੱਕ ਅੱਖਰ ਕਹਿਣ ਦੇ ਨਾਲ ਅਗਲਾ ਕਿਹੋ ਜਿਹਾ ਕਦਮ ਚੱਕੇਗਾ ਜੇਕਰ ਤੁਹਾਡੇ ਕਰਕੇ ਉਹਨੇ ਕੋਈ ਵੀ ਚੀਜ਼ ਜਾਂ ਕੋਈ ਅਜਿਹੀ ਘਟਨਾ ਉਹਨੇ ਕਰ ਲਈ ਜਾਂ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ ਤਾਂ ਫਿਰ ਕੌਣ ਜ਼ਿੰਮੇਵਾਰ ਆ ਫਿਰ ਅਕਸਰ ਐਂਡ ਵਿੱਚ ਨੇ ਆ ਮੇਗਾ ਜੀ ਗੱਲ ਕਰੀਏ ਤਾਂ ਇਹ ਕਿਹਾ ਜਾਂਦਾ ਕਿ ਅਸੀਂ ਤਾਂ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਮਦਦ ਨਹੀਂ ਕਰਦੇ ਹੋ ਤੁਸੀਂ ਕਿਸੇ ਦੀ ਜ਼ਿੰਦਗੀ ਖਰਾਬ ਕਰਦੇ ਹੋ 네ਗੇਟਿਵਿਟੀ ਜਾਨੀ ਕਿ ਕਿਸੇ ਦੇ ਲਈ ਬੁਰਾ ਸੋਚਣਾ ਕਿਸੇ ਨੂੰ ਇੱਕਦਮ ਤੁਸੀਂ ਮੰਦਾ ਬੋਲ ਦਿੰਦੇ ਹੋ ਬੋਲਣ ਤੋਂ ਪਹਿਲਾਂ ਨਾ ਤੁਸੀਂ ਨਾਪਦੇ ਹੋ ਤੋਲਦੇ ਹੋ ਸਿਰਫ ਤੁਸੀਂ ਜੋ ਸ਼ਬਦੀ ਹਮਲੇ ਕਰ ਦਿੰਦੇ ਹੋ ਪਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਦੇਖਣਾ ਕਿਉਂਕਿ ਜੇਕਰ ਤੁਸੀਂ ਇਹ ਚੀਜ਼ਾਂ ਆਪਾਂ ਸਾਰਿਆਂ ਨੇ ਇਹ ਚੀਜ਼ਾਂ ਨਹੀਂ ਛੱਡੀਆਂ ਜਾਂ 네ਗੇਟਿਵ ਬੋਲਣਾ ਜਾਂ ਦੂਸਰੇ ਨੂੰ ਜਲੀਲ ਕਰਨਾ ਜਾਂ ਕਿਸੇ ਦੇ ਬਾਰੇ ਟਿੱਪਣੀ ਕਰਨੀ ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਨਹੀਂ ਛੱਡੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਈ ਜਿਹੜੇ ਆਪਣੇ ਹੋਣਗੇ ਜਾਂ ਸਾਡੇ ਆਪ ਹੋਣਗੇ ਉਹ ਸਾਰੀਆਂ ਚੀਜ਼ਾਂ ਦੇ ਸ਼ਿਕਾਰ ਹੋਣਗੇ ਤੇ ਸਾਨੂੰ ਮਿਲ ਕੇ ਸਾਰੀਆਂ ਚੀਜ਼ਾਂ ਨੂੰ ਮੁਕਤਨਾ ਪਵੇਗਾ ਇਸ ਲਈ ਮੇਗਾ ਲੋਕਾਂ ਲਈ ਇਹ ਖਾਸ ਸੰਦੇਸ਼ ਆ ਕਿ ਤੁਸੀਂ ਜਾਗਰੂਕ ਹੋਵੋ ਨਵਾਂ ਸਾਲ ਸ਼ੁਰੂ ਹੋਇਆ ਹੈ ਨਵੀਂ ਜ਼ਿੰਦਗੀ ਸ਼ੁਰੂ ਕਰੋ ਕਿਸੇ ਨੂੰ ਮੰਦਾ ਚੰਗਾ ਬੋਲ ਕੇ ਕਿਸੇ ਨੂੰ ਕੁਝ ਵੀ ਗਲਤ ਟਿੱਪਣੀ ਕਿਸੇ ਦੀ ਧੀ ਪੈਰ ਦੇ ਉੱਤੇ ਟਿੱਪਣੀ ਕਰਕੇ ਨਾ ਹੀ ਤੁਹਾਡਾ ਭਲਾ ਹੋਣਾ ਹੈ ਤੇ ਨਾ ਹੀ ਉਹਨੂੰ ਕੁਝ ਮਿਲਣਾ ਇਸ ਕਰਕੇ ਤੁਸੀਂ ਜੋ ਹੈ ਆਪਣਾ ਕੰਮ ਕਾਜ ਕਰੋ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਤੁਸੀਂ ਛਾਣ ਵੀ ਨਾ ਕਰੋ ਕਿ ਦੂਸਰਾ ਕੀ ਕਰਦਾ ਹੈ ਹੋ ਸਕਦਾ ਤੁਹਾਡੀ ਜ਼ਿੰਦਗੀ ਵੀ ਵਧੀਆ ਵਧਿਤ ਹੋਵੇ ਤੇ ਦੂਸਰੇ ਦੀ ਵੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਮੈਸੇਜ ਸਾਡਾ ਵਧੀਆ ਲੱਗਾ ਹੋਵੇ ਉਹ ਉਮੀਦ ਕਰਦੇ ਆ ਸ਼ਾਇਦ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰੋਗੇ ਜੇਕਰ ਤੁਹਾਨੂੰ ਇੱਕ ਵੀ ਗੱਲ ਸਾਡੀ ਚੰਗੀ ਲੱਗੀ ਹੋਵੇ ਤਾਂ ਬਾਅਦੋ ਬਾਅਦ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤਾਂ ਮੇਗਾ ਨੈਗੇਟਿਵਿਟੀ ਸ਼ਬਦ ਉਦੋਂ ਹੀ ਖਤਮ ਹੋਵੇਗਾ ਜੇਕਰ ਅਸੀਂ ਆਪਣੇ ਮਨਾਂ ਦੇ ਵਿੱਚ ਦੂਸਰੇ ਦੇ ਲਈ ਵੈਰਹੀਣ ਭਾਵਨਾ ਜਾਂ ਫਿਰ ਕੋਈ ਵੀ ਗਲਤ ਵਿਚਾਰ ਕੱਢਾਂਗੇ ਨੈਗੇਟਿਵਿਟੀ ਸਿਰਫ ਉਦੋਂ ਹੀ ਖਤਮ ਹੋਵੇਗੀ ਦੇ ਉਮੀਦ ਕਰਦੇ ਆ ਕਿ ਤੁਹਾਨੂੰ ਜੋ ਹੈ ਸਾਡੀਆਂ ਸਾਰੀਆਂ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋਗੇ ਜੇਕਰ ਇੱਕ ਵੀ ਗੱਲ ਵਧੀਆ ਲੱਗੀ ਆ ਤਾਂ ਜ਼ਰੂਰ ਸ਼ੇਅਰ ਕਰੋ ਤੇ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰੋ ਤੇ ਹੋਰ ਵੀਡੀਓਜ਼ ਲਈ ਲਗਾਤਾਰ ਜੁੜੇ ਰਹੋ ਐਨਆਰਆਈ ਪੰਜਾਬੀ ਟੀਵੀ ਦੇ ਨਾਲ